ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਤਹਿਤ ਇੱਕ ਵੱਡੀ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕੀਤਾ ਗਿਆ, ਜਿਸ ਤਹਿਤ ਕੋਵਿਡ 19 ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਬਟਾਲਾ ਵਿੱਚ ਇਸ ਜਾਗਰੂਕਤਾ ਮੁਹਿੰਮ ਦਾ ਆਗਾਜ਼ SDM ਬਟਾਲਾ ਸਰਦਾਰ ਬਲਵਿੰਦਰ ਸਿੰਘ ਨੇ ਪ੍ਰਚਾਰ ਵਾਹਨਾਂ ਨੂੰ ਰਵਾਨਾ ਕਰਕੇ ਕੀਤਾ। ਇਸ ਮੌਕੇ SDM ਬਟਾਲਾ ਸਰਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਤਹਿਤ ਸਬ ਡਿਵੀਜ਼ਨ ਬਟਾਲਾ ਦੇ ਵੱਖ ਵੱਖ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿੱਚ ਜਨਤਾ ਨੂੰ ਕੋਵਿਡ 19 ਤੋਂ ਬਚਣ ਲਈ ਲੋੜੀਂਦੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਅਤੇ ਇਹ ਪ੍ਰਚਾਰ ਵਾਹਨ ਹਰ ਤਹਿਸੀਲ ਪਿੰਡ ਅਤੇ ਸ਼ਹਿਰ ਵਿੱਚ ਜਾਣਗੇ। ਸਰਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਨੂੰ ਕੋਵਿਡ 19 ਤੋਂ ਮੁਕਤ ਕਰਨ ਲਈ ਚਲਾਈ ਗਈ ਜਨ ਜਾਗਰੂਕਤਾ ਮੁਹਿੰਮ ਮਿਸ਼ਨ ਫਤਿਹ ਤਹਿਤ ਜ਼ਿਲ੍ਹੇ ਵਿੱਚ ਜ਼ਮੀਨੀ ਗਤੀਵਿਧੀਆਂ ਸਪਤਾਹ 15 ਤੋਂ 21 ਜੂਨ ਤੱਕ ਮਨਾਇਆ ਜਾਵੇਗਾ। ਉਹਨਾਂ ਦੱਸਿਆ ਕਿ ਮਿਸ਼ਨ ਫਤਿਹ ਦਾ ਮੰਤਵ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸੁਝਾਈਆਂ ਗਈਆਂ ਸਾਵਧਾਨੀਆਂ ਦਾ ਅਮਲੀ ਰੂਪ ਵਿੱਚ ਪਾਲਣ ਕਰਾਉਣ ਲਈ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ 15 ਜੂਨ ਨੂੰ ਅਧਿਕਾਰਿਕ ਤੌਰ 'ਤੇ ਮਿਸ਼ਨ ਫਤਿਹ ਤਹਿਤ ਹੋਣ ਵਾਲੀਆਂ ਜ਼ਮੀਨੀ ਗਤੀਵਿਧੀਆਂ ਦੀ ਆਰੰਭਤਾ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਜਿਹੜਾ ਹੈ ਇਹ ਸ਼ੁਰੂ ਕੀਤਾ ਜਾ ਰਿਹਾ ਅਤੇ ਪੂਰਾ 15 ਜਿਹੜਾ ਇਹ ਚੱਲੇਗਾ। ਇਸ ਮਿਸ਼ਨ ਦੇ ਤਹਿਤ ਪੰਜਾਬ ਵਾਸੀਆਂ ਨੂੰ CM ਸਾਹਿਬ ਦਾ ਇਹੀ ਸੰਦੇਸ਼ ਹੈ ਕਿ ਕੋਵਿਡ ਜਿਹੜਾ 19 ਹੈ ਹੁਣ ਇਹਦੇ ਨਾਲ ਸਾਨੂੰ ਜੀਣਾ ਸਿੱਖਣਾ ਪਏਗਾ। ਇਹ ਜਿਹੜੀ ਸਾਡੀ ਰੋਜ਼ ਹੀ ਦਿਨ ਚਰਿਆ ਹੈ, ਸੋਸ਼ਲ ਡਿਸਟੈਂਸਿੰਗ, 6 ਫੁੱਟ ਦਾ ਡਿਸਟੈਂਸ, ਮਾਸਕ ਪਾਉਣਾ, ਦੁਬਾਰਾ ਹੱਥ ਧੋਣੇ, ਇਹ ਆਦਤਾਂ ਸਾਨੂੰ ਆਪਣੀ ਰੈਗੂਲਰ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਹੈ ਉਹਦੇ 'ਚ ਇਨਕਾਰਪੋਰੇਟ ਕਰਨੀਆਂ ਪੈਣਗੀਆਂ। ਇਸ ਤੋਂ ਇਲਾਵਾ ਇਸ 15 ਦੌਰਾਨ ਜਿਹੜਾ ਕੋਵਿਡ ਦੇ ਬਾਰੇ ਵੱਖ ਵੱਖ ਵਿਭਾਗ ਜਿਹੜੇ ਨੇ ਉਹ ਸਾਰੇ ਹੀ ਆਪਣੀਆਂ ਆਪਣੀਆਂ ਕਾਰਵਾਈਆਂ ਉਹਨਾਂ ਨੂੰ ਡੇਟ ਵਾਈਜ਼ ਦਿੱਤੀਆਂ ਹੋਈਆਂ ਨੇ। ਸੋ ਉਹ ਸਾਰੇ ਹੀ ਉਸ ਸ਼ਡਿਊਲ ਮੁਤਾਬਕ ਜਿਹੜੇ ਆ ਕਰਨਗੇ ਅਤੇ ਇਹਦੇ 'ਚ ਫਿਰ ਇਨਾਮ ਵੀ ਦਿੱਤੇ ਜਾਣਗੇ ਜਿਨ੍ਹਾਂ ਦੀ ਚੰਗੀ ਕਾਰਗੁਜ਼ਾਰੀ ਹੋਏਗੀ। ਸੋ ਮੈਂ ਉਮੀਦ ਕਰਦਾ ਕਿ ਸਾਡੇ ਨਗਰ ਨਿਗਮ ਬਟਾਲਾ ਦੇ ਨਿਵਾਸੀ ਵੀ ਸਾਰੇ ਜਿਹੜੇ ਆ ਉਹ ਇਸ ਮਿਸ਼ਨ ਫਤਿਹ 'ਚ ਵੱਧ ਚੜ੍ਹ ਕੇ ਹਿੱਸਾ ਲੈਣਗੇ। ਸਰ, ਅੱਜ ਜਿਹੜੀਆਂ ਪਬਲਿਸਿਟੀ ਵੈਨ ਚਲਾਈਆਂ ਗਈਆਂ ਉਹਦੇ ਬਾਰੇ ਦੱਸੋ। ਇਹ ਪਬਲਿਸਿਟੀ ਵੈਨਸ ਵੀ ਉਸੇ ਮਕਸਦ ਨਾਲ ਫਲੈਗ ਆਫ ਕੀਤੀਆਂ ਜਾ ਰਹੀਆਂ ਨੇ ਕਿ ਸਾਰੇ ਹੀ ਜਿੰਨੇ ਵੀ ਨਗਰ ਨਿਵਾਸੀ ਨੇ ਉਹਨਾਂ 'ਚ ਅਵੇਅਰਨੈਸ ਕ੍ਰੀਏਟ ਕੀਤੀ ਜਾਏ ਕਿ ਮਿਸ਼ਨ ਫਤਿਹ ਅਸੀਂ ਕੋਵਿਡ ਦੇ ਉੱਤੇ ਫਤਿਹ ਪਾਣੀ ਹੈ ਅਤੇ ਹਰ ਹਾਲਤ 'ਚ ਹਾਲੇ ਤੱਕ ਅਸੀਂ ਕਾਮਯਾਬ ਹਾਂ। ਸੋ ਅੱਗੇ ਵੀ ਅਸੀਂ ਇਸੇ ਦ੍ਰਿੜਤਾ ਦੇ ਨਾਲ ਗਾਂਹ ਵਧਾਂਗੇ। ਗੁਰਦਾਸਪੁਰ ਤੋਂ ਜਸਵਿੰਦਰ ਬੇਦੀ ਦੀ ਰਿਪੋਰਟ। ਇਸ ਚੈਨਲ ਪਰ ਚੱਲ ਰਹੇ ਮੁੱਦੋਂ ਪਰ ਆਪਣੇ ਵਿਚਾਰ ਦੇਣੇ ਕੇ ਲਿਏ ਕਮੈਂਟ ਕਰੇ ਔਰ ਅਪਡੇਟ ਰਹਿਣੇ ਕੇ ਲਿਏ ਚੈਨਲ ਕੋ ਲਾਈਕ ਐਂਡ ਸਬਸਕ੍ਰਾਈਬ ਕਰੇ ਔਰ ਹਾਂ, ਬੈਲ ਆਈਕਨ ਦਬਾਨਾ ਨਾ ਭੁਲੇ।